ਅਸਲਾਮੁਅਲੈਕੁਮ, ਕੀ ਹਾਲ ਚਾਲ ਨੇ ਜਨਾਬ? ਤੁਸੀਂ ਵੇਖਦੇ ਪਏ ਹੋ ਹੱਤਾ ਪੰਜਾਬ ਟੀਵੀ। ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਹਸਨ ਰਜ਼ਾ। ਜਿਵੇਂ ਕਿ ਦੋਸਤਾਂ ਨੂੰ ਪਤਾ ਹੈ, ਤੁਹਾਡਾ ਵੀਰ ਹਸਨ ਰਜ਼ਾ ਡੇਲੀ ਦੀ ਨਿਸਬਤ ਮੁਖਤਲਿਫ ਜਾਨਵਰਾਂ ਦੀਆਂ ਵੀਡੀਓ ਲੈ ਕੇ ਹਾਜ਼ਰ ਹੁੰਦਾ ਹੈ। ਅੱਜ ਭਾਈਆਂ ਵਾਸਤੇ ਇੱਕ ਦੂਸਰੇ ਬਾਰੇ ਦੀ ਮੱਝ ਜਨਾਬ ਲੈ ਕੇ ਹਾਜ਼ਰ ਹੋਇਆ ਹੈ। ਇੱਥੇ ਤਸਲੀਆਂ ਦੇ ਨਾਲ ਚੈੱਕ ਕਰਨਾ ਹੈ, ਮਾਸ਼ਾਅੱਲਾ ਬਹੁਤ ਹੀ ਵੱਡੇ ਆਰਡਰ ਕੁਆਲਿਟੀ ਦੀ ਮੱਝ ਤਸਲੀਆਂ ਦੇ ਨਾਲ ਤੁਸੀਂ ਵੇਖਣੀ ਹੈ। ਦੁਨੀ ਤੋਂ ਸੂਹ ਤੱਕ ਚੱਡੇ ਨੇ ਮਾਸ਼ਾਅੱਲਾ ਪੰਡਾਂ ਲਾਈ ਖਲੀ ਹੈ ਮੱਝ, ਥਣ ਪੂਰਾ ਮੁੱਠ ਦਾ। ਇੱਥੇ ਕੈਮਰਾਮੈਨ ਸਾਹਿਬ ਤਸਲੀਆਂ ਕਰਵਾਉਂਦੇ ਪਏ ਨੇ। ਬਾਕੀ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਬਾਈਆਂ ਨੂੰ ਜਨਾਬ ਅੱਛੇ ਤਰੀਕੇ ਦੇ ਨਾਲ ਜਾਨਵਰ ਵਿਖਾਈਏ, ਔਰ ਇੱਥੇ ਤੁਸੀਂ ਤਸਲੀਆਂ ਕਰਨੀਆਂ ਨੇ ਪੂਰਾ ਫੁੱਟ ਅੱਗੇ ਅਤੇ ਫੁੱਟ ਪਿੱਛੇ ਤਸਲੀਆਂ ਦੇ ਨਾਲ ਤੁਸੀਂ ਵੀਰਾਂ ਨੇ ਵੇਖਣਾ ਹੈ। ਪੂਰੇ ਪੰਡਾਂ ਦੇ ਚੱਡੇ ਨੇ ਮਾਸ਼ਾਅੱਲਾ। ਇਹ ਜਨਾਬ ਤਿਆਰ ਮੱਝ, ਦੋ ਦਿਨ ਲਵੇ, ਚਾਰ ਦਿਨ ਲਵੇ, ਅੱਲਾ ਬਿਹਤਰ ਜਾਣਦਾ ਹੈ। ਇਹ ਘੰਟਾ ਲੈ ਜਾਵੇ, ਇਹ ਦੋ ਘੰਟੇ ਲੈ ਜਾਵੇ, ਤੁਹਾਡੀਆਂ ਅੱਖਾਂ ਦੇ ਸਾਹਮਣੇ ਹੈ ਮਾਸ਼ਾਅੱਲਾ। ਖੁੱਚਾਂ ਤੀਰ ਸਿੱਧੀਆਂ ਮੱਝ ਨੂੰ, ਪੱਟ ਚੰਗਾ, ਬਾਕੀ ਆਰਡਰ ਕੁਆਲਿਟੀ ਕਮਾਲ ਦੀ ਹੈ। ਇਹ ਜਨਾਬ ਸੂਹ ਦਾ ਡੋਡਾ ਚੱਕੀ ਕਲੀ ਹੈ ਮਾਸ਼ਾਅੱਲਾ। ਮਜ਼ੀਦ ਇਹਨੇ ਇੱਕ ਇੱਕ ਘੰਟੇ ਦੇ ਨਾਲ ਤਿਆਰ ਹੋਣਾ ਹੈ। ਇਹ ਜਨਾਬ ਇਹ ਘੰਟਾ ਲਵੇ, ਦੋ ਲਵੇ, ਇੱਥੇ ਤਸਲੀਆਂ ਕਰਨੀਆਂ ਨੇ। ਫੁੱਟਾ ਖੁੱਡਾ ਪੂਰੀ ਬਰੀਕ ਰੇਸ਼ਮ ਵਰਗੀ ਮੱਝ, ਇਹ ਤੁਸੀਂ ਚੈੱਕ ਕਰ ਸਕਦੇ ਹੋ ਤਸਲੀਆਂ ਦੇ ਨਾਲ। ਇਹਨੂੰ ਜਿੱਥੋਂ ਮਰਜ਼ੀ ਪਕੜੋ, ਬਿਲਕੁਲ ਬਰੀਕ ਮੱਝ, ਕੰਢ ਤੀਰ ਸਿੱਧੀ, ਡਾਕਾਂ ਚੈੱਕ ਕਰਨੀਆਂ ਨੇ, ਪੁੱਠਾ ਚੈੱਕ ਕਰਨਾ ਹੈ, ਬਾਕੀ ਹਰ ਚੀਜ਼ ਤੁਹਾਡੀ ਅੱਖਾਂ ਦੇ ਸਾਹਮਣੇ ਹੈ। ਦੁਨੀ ਕੌੜੀ ਦਾ ਨਿਸ਼ਾਨ ਕੋਈ ਨਹੀਂ ਮੱਝ ਨੂੰ। ਬਾਕੀ ਕੈਮਰਾਮੈਨ ਸਾਹਿਬ ਅੱਗੋਂ ਮੂੰਹ ਵੀ ਵਿਖਾ ਲੈਣਾ ਹੈ, ਚਾਰੇ ਲੱਤਾਂ ਚੈੱਕ ਕਰਨੀਆਂ ਨੇ, ਨੌ ਚੈੱਕ ਕਰਨੇ ਨੇ, ਲੱਤਾਂ ਚੰਗੀਆਂ ਮੋਟੀਆਂ। ਇੱਥੇ ਤਸਲੀਆਂ ਦੇ ਨਾਲ ਤੁਸੀਂ ਵੇਖਣਾ ਹੈ ਜਨਾਬ, ਸ਼ਾਹ ਕਾਲੀਆਂ ਅੱਖਾਂ, ਨਿੱਕੀ ਜਿਹੀ ਫੁੱਲੀ ਹੈ, ਬਿਲਕੁਲ ਸਿੰਘ ਗੋਲ ਨੇ, ਬਾਕੀ ਟੁਰਦੀ ਫਿਰਦੀ। ਚੈੱਕ ਕਰਵਾ ਦਿਓ ਦੋਸਤਾਂ ਨੂੰ ਕਿ ਦੋਸਤ ਇਹ ਗੱਲ ਨਾ ਕਰਨ ਕਿ ਯਾਰ ਨੀਵੀਂ ਉੱਚੀ ਖੁਲਵਾਈ ਗਈ ਆਈ, ਜਾਂ ਅੱਗੂ ਟੋਏ ਵਿੱਚ ਆਈ ਅਤੇ ਪਿੱਛੋਂ ਉੱਚੀ ਆਈ, ਜਾਂ ਟੋਰ ਕੇ ਨਹੀਂ ਵਿਖਾਈ ਇਹਨੇ। ਇਹ ਜਨਾਬ ਤੁਹਾਡੀ ਅੱਖਾਂ ਦੇ ਸਾਹਮਣੇ ਹੈ, ਆਪਣੀ ਹਾਲਤ ਦੇ ਵਿੱਚ ਮੱਝ ਖੜੀ ਹੈ, ਟੁਰਦੀ ਫਿਰਦੀ ਤੁਹਾਡੀ ਅੱਖਾਂ ਦੇ ਸਾਹਮਣੇ ਹੈ। ਕੋਈ ਨੀਵੀਂ ਉੱਚੀ ਕੋਈ ਨਹੀਂ ਖੁਲਵਾਈ ਹੋਈ, ਜਾਂ ਇਹਨੂੰ ਬੰਨਾ ਹੋਇਆ ਕੋਈ ਨਹੀਂ, ਤੁਹਾਡੀਆਂ ਅੱਖਾਂ ਦੇ ਸਾਹਮਣੇ ਹੈ। ਟੋਰ ਫੇਰ ਕੇ ਤੁਹਾਨੂੰ ਜਨਾਬ ਵਿਖਾਈ ਜਾ ਰਹੀ ਹੈ। ਆਰਡਰ ਕੁਆਲਿਟੀ ਮੱਝ ਦੀ ਬੜੀ ਵੱਡੀ ਹੈ, ਔਰ ਮਜ਼ੀਦ ਇਹਨੇ ਬਣਾਉਣੀ ਹੈ। ਬਾਕੀ ਗੱਲਾਂ ਮਾਲਕਾਂ ਦੇ ਨਾਲ ਕਰਨੀਆਂ ਸਾਂਝੀਆਂ, ਕੀ ਇਹਦੀ ਗੱਲ ਹੈ, ਕਿੰਨੇ ਦਿਨ ਲੈਂਦੀ ਹੈ, ਸਾਰੀਆਂ ਮਾਲਕਾਂ ਦੇ ਨਾਲ ਹੋਣਗੀਆਂ। ਇੱਥੇ ਤਸਲੀਆਂ ਤੁਸੀਂ ਕਰਨੀਆਂ ਨੇ, ਅੱਖਾਂ, ਬੁੱਤੀ, ਕੰਨ, ਗਰਦਨ ਮੱਝ ਦੀ, ਟੋਟਲ ਬਾਡੀ ਕੈਮਰੇ ਦੀ ਨਜ਼ਰ ਹੈ। ਬਾਕੀ ਕਰ ਲੈਂਦੇ ਹਾਂ ਭਾਈ ਹੋਰਾਂ ਦੇ ਨਾਲ, ਆਓ ਜੀ। ਅਸਲਾਮੁਅਲੈਕੁਮ ਸਰ, ਕੀ ਹਾਲ ਚਾਲ ਹੈ? ਅੱਲਾ ਕਰਮ ਭਾਜੀ, ਤਬੀਅਤ ਸਿਹਤ? ਕੀ ਨਾਮ ਹੈ ਮੇਰੇ ਭਾਈ ਦਾ? ਗੁਲਾਮ ਹੈਦਰ। ਭਾਈ ਗੁਲਾਮ ਹੈਦਰ, ਮੱਝ ਕੈਮਰਾਮੈਨ ਸਾਹਿਬ ਨੇ ਆਪਣੀ ਵਿਖਾ ਦਿੱਤੀ ਹੈ, ਕਿੰਨਵਾਂ ਵਾਰਾ ਮੱਝ ਹੈ ਹੁਣ ਤਿਆਰ ਹੋਈ ਹੈ, ਸੋਹਣੀ ਹੈ? ਦੂਸਰਾ ਵਾਰਾ ਸੋਹਣਾ ਇਹਨੇ, ਜੈਨਮੈਨ ਦੂਜਨ, ਜੈਨਮੈਨ ਦੂਸਰਾ ਹੈ, ਹਾਂਜੀ। ਤੀਸਰਾ ਤਾਂ ਨਹੀਂ ਹੈ? ਨਹੀਂ ਨਹੀਂ, ਜੈਨਮੈਨ ਗੱਲਾਂ ਹੋਣਗੀਆਂ, ਪੱਕੀਆਂ ਅਤੇ ਸੱਚੀਆਂ ਅਤੇ ਖਰੀਆਂ ਹੋਣੀਆਂ ਚਾਹੀਦੀਆਂ ਨੇ।
ਇਹ ਆਪਣੇ ਘਰ ਦੀ ਹੈ ਜਾਂ ਵਪਾਰ ਦੀ ਹੈ? ਘਰ ਦੀ ਝੋਟੀ ਹੈ, ਜੈਨ ਮੈਨ ਦੂਸਰਾ ਸੂਆ ਵਕਦੀ ਹੈ। ਹਾਂਜੀ, ਦਿਨ ਚਾਰ ਲੈ ਜਾਵੇ, ਪੰਜ ਲੈ ਜਾਵੇ, ਅੱਲਾ ਬਿਹਤਰ ਜਾਣਦਾ ਹੈ। ਘੰਟਾ ਲਵੇ ਦੋ, ਤਿਆਰ ਹੈ, ਦੋ ਦਿਨ ਉੱਤੇ ਵੀ ਲੈ ਸਕਦੀ, ਘੱਟ ਵੀ ਲੈ, ਘੱਟ ਵੀ ਲੈ ਸਕਦੀ ਹੈ। ਇਹਦਾ ਕੋਈ ਪਿਛਲੇ ਸੂਏ ਦਾ ਕੋਈ ਰਿਕਾਰਡ ਦਾ ਕੀ ਦੋਸਤਾਂ ਨੂੰ? ਪਿਛਲੇ ਸੂਏ, ਪਹਿਲੇ ਸੂਏ 14-15 ਸਿਰ ਕਰਦੀ ਸੀ। 14-15 ਪੱਕਾ? ਹਾਂਜੀ, ਠੰਡਾ ਚੋਂਦੇ ਰਹੇ ਆਪ ਅਸੀਂ। ਸਹੀ ਹੈ। ਹੁਣ ਤੁਹਾਡੀ ਤੁਹਾਡਾ ਕੀ ਜ਼ਿਹਨ ਕੰਮ ਕਰਦਾ ਹੈ? ਮੈਂ ਜਿਵੇਂ ਇਸ ਬਾਰੇ ਕਿਤਨਾ ਕਰੇਂਦੇ ਵੀ ਕਣਾ ਨਹੀਂ ਤਾਂ 20 ਸਿਰ ਦੁੱਧ ਕਰੇਗੀ, ਜਿਵੇਂ ਅਸੀਂ ਸਾਂਭੀ ਪਾਲੀ ਆ। 20 ਸਿਰ ਦਾ ਹਰ ਬੰਦਾ ਹੀ ਆਖੀ ਜਾਂਦਾ ਹੈ, ਇਹ ਕਰੇਗੀ। ਅੱਲਾ ਦੇ ਕੈਮਰਾ ਮੈਂ ਸਾਹਿਬ ਵਿਖਾਣੀ ਹੈ ਕਿ ਮੂੰਹ ਦੀ ਬੜੀ ਅਸੀਰ ਸਾ ਉਮਾਜ ਹਰ ਬੰਦੇ ਨੇ। ਬੱਚੇ ਫੜੀ ਰੱਖਣ ਕੋਈ ਸ਼ਾਇ ਦੇਣੀ ਹੋਵੇ ਮਸਾਲਾ ਔਰਾਂ ਪੈਰਾ, ਇਹ ਜਨਾਬ ਬਿਲਕੁਲ ਅਸੀਲ ਅਸ਼ਰਾਫ ਮਾਜ। ਬਾਕੀ ਸਾਰੀਆਂ ਗੱਲਾਂ ਹੋ ਗਈਆਂ ਨੇ, ਜਿਵੇਂ ਮੈਂ ਤੇ ਜਵਾਨੀ ਹੈ ਨਾ ਮਾਸ਼ਾਅੱਲਾ ਸਾਂਭੀ ਅਸੀਂ, ਤੇ ਵੀ ਤੂੰ ਕ੍ਰਾਸ ਕਰੇਗੀ ਥੱਲੇ ਨਹੀਂ ਰਹਿੰਦੀ। ਠੀਕ ਹੈ, ਬਾਕੀ ਉਹਦਾ ਅੱਗੇ ਮਾਲਕਾਂ ਦਾ ਨਸੀਬ ਹੈ। ਜਿਹੜੇ ਮੇਰੇ ਵੀਰ ਦੇ ਨਸੀਬਾਂ 'ਚ ਹੋਈ, ਅੱਗੇ 20 ਕਰ ਜਾਵੇ, 18 ਕਰ ਜਾਵੇ, ਹਰ ਸ਼ਹਿਰ ਮਾਲਕਾਂ ਦਾ ਨਸੀਬ ਹੋਵੇਗੀ, ਥਣਾਂ ਦੀ ਆਪਣੀ ਗਰੰਟੀ। ਕੋਈ ਵੀਰ ਸਵਾ ਕੇ ਲਿਜਾਣਾ ਚਾਹੇ ਤੇ ਸੂਣ ਤੋਂ ਬਾਅਦ ਲਿਜਾ ਸਕਦਾ। ਸਹੀ ਹੈ, ਅਗਰ ਇਵੇਂ ਕੋਈ ਲਿਜਾਣਾ ਚਾਹੇ ਥਣਾਂ ਦੀ ਗਰੰਟੀ ਹੈ ਆਪਣੀ ਆਫਿਸ ਦੇ। ਇਹਦਾ ਹੁਣ ਕੀ ਪਿਆਰ ਵਾਲਾ ਮੁੱਲ ਹੈ, ਮੁੱਲ ਜਾਇਜ਼ ਕਰਨਾ ਨੇ। ਪਹਿਲੀ ਵਾਰੀ ਸੱਦਿਆ ਹੈ, ਹਾਂਜੀ, ਤੁਹਾਡੇ ਨਾਲ ਮੁਹੱਬਤ ਵਾਲਾ ਮੁੱਲ। ਇਹਦਾ ਦੂਸਰਾ ਯਾਨੀ ਕਿ ਪਹਿਲਾ ਦਿਨ ਹੀ ਹੈ ਕੱਲ ਈਦ ਹੈ ਮਾਸ਼ਾਅੱਲਾ। ਇਹ ਚਲੋ ਦੋਸਤਾਂ ਨੂੰ ਜਿਹੜਾ ਹੈ ਗਿਫਟ ਕਰ ਦਿਓ, ਕੀ ਇਹਦਾ ਮੁੱਲ? 5.5 ਲੱਖ ਰੁਪਏ। 5.5 ਲੱਖ ਹੈ, ਜ਼ਿਆਦਾ ਨਹੀਂ ਹੈ? ਨਹੀਂ ਜ਼ਿਆਦਾ, ਮੈਂ ਯਾਦ ਕਰ ਦਿਓ ਥੋੜਾ ਜਿਹਾ। ਮੱਝ ਆਪਣੀ ਬਹੁਤ ਚੰਗੀ ਹੈ, ਮੱਝ ਮਾਸ਼ਾਅੱਲਾ ਜਿਹੜਾ ਲੈ ਗਿਆ ਅੱਲਾਹ ਦੇ ਹੁਕਮ ਨਾਲ ਯਾਦ ਕਰੇਗਾ। ਆਉਂਦੀਆਂ ਪਈਆਂ ਨੇ ਵਿੱਚ, ਕੋਈ ਗੁੰਜਾਇਸ਼ ਕਰ ਦਿਓ, ਕੋਈ ਡਾਲਾ, ਕੋਈ ਖਰਚਾ। ਜਦੋਂ ਕਮੀਰ ਰਾਇਤ ਕਰ ਲੈ, ਹੁਣ ਨਹੀਂ ਆਉਂਦੀ, ਹੁਣ ਕਰ ਦਿਓ। ਚਲੋ ਕੋਈ 5000 ਛੱਡਦੇ ਨੇ ਤੇਰੇ, 5,20,000 ਇਹਦੀ ਡਿਮਾਂਡ ਹੈ। ਜਿਹੜੇ ਮੇਰੇ ਵੀਰ ਨੂੰ ਪਸੰਦ ਆਏ ਉਹ ਰਾਬਤਾ ਕਰ ਸਕਦਾ ਹੈ 0308-910-2811 ਇਹਦੇ 'ਤੇ। ਕਾਲ, ਵਟਸਐਪ, ਈਮੋ, ਸਾਰੀਆਂ ਸਹੂਲਤਾਂ ਮੌਜੂਦ ਨੇ। ਉਮੀਦ ਬੜੀ ਹੈ ਭਾਈਆਂ ਨੂੰ ਅੱਜ ਦੀ ਵੀਡੀਓ ਪਸੰਦ ਆਉ ਸੀ। ਵੀਡੀਓ ਪਸੰਦ ਆਏ ਹਮੇਸ਼ਾ ਦੀ ਤਰ੍ਹਾਂ ਲਾਈਕ, ਸ਼ੇਅਰ ਅਤੇ ਮੁਹੱਬਤਾਂ ਵਾਲੇ ਕਮੈਂਟ ਲਾਜ਼ਮੀ ਕਰਨੇ ਨੇ। ਮਿਲਾਂਗੇ ਅੱਛੀ ਔਰ ਬਿਹਤਰੀਨ ਵੀਡੀਓ ਦੇ ਨਾਲ। ਅੱਲਾਹ ਹਾਫਿਜ਼।